ਆਈ ਊਡ ਸੇ ਔਖਾ ਨਹੀਂ, ਥੋੜ੍ਹਾ ਚੈਲੰਜਿੰਗ ਇਸ ਵਜ੍ਹਾ ਨਾਲ ਸੀ ਕਿਉਂਕਿ ਮੈਨੂੰ 8 ਅਟੈਂਪਟ ਲੱਗ ਗਏ ਤੱਕ ਪਹੁੰਚਣ ਲਈ। ਇਸ ਤੋਂ ਪਹਿਲਾਂ ਵੀ ਸਿਲੈਕਸ਼ਨ ਹੋਣ ਦੇ ਬਾਵਜੂਦ ਨੰਬਰ ਆਫ ਵੈਕੈਂਸੀਜ਼ ਘੱਟ ਹੋਣ ਦੀ ਵਜ੍ਹਾ ਨਾਲ ਮੈਂ 2 ਵਾਰ ਮੈਰਿਟ ਆਊਟ ਹੋਈ। ਅਤੇ ਸਰ ਮੇਰਾ ਵਿਜ਼ਨ ਕਲੀਅਰ ਸੀ ਕਿ ਮੈਂ ਇਹੀ ਆਰਮੀ ਦੇ ਵਿੱਚ ਹੀ ਜਾਣਾ, ਇਵਨ ਇਫ ਇਟ ਟੇਕਸ ਮੋਰ ਅਟੈਂਪਟਸ। ਬਹੁਤ ਗਰਵ ਮਹਿਸੂਸ ਹੁੰਦਾ, ਬਹੁਤ ਮਾਣ ਮਹਿਸੂਸ ਹੁੰਦਾ ਪਿੰਡ ਦੇ ਵਿੱਚੋਂ, ਏਰੀਏ ਦੇ ਵਿੱਚੋਂ ਪਹਿਲੀ ਫੌਜ ਦੇ ਵਿੱਚ ਅਫਸਰ ਬਣੀ ਹੈ ਬੇਟੀ। ਸਰ ਮੇਰਾ ਨਾਮ ਸਿਮਰਨ ਹੈ। ਸਰ ਮੈਂ ਪਿੰਡ ਢਾਬਾ ਕੁਕਰੀਆਂ ਅਬੋਹਰ ਦੀ ਰਹਿਣ ਵਾਲੀ ਹਾਂ। ਇਸ ਤੱਕ ਪਹੁੰਚਣ ਦੇ ਸਫ਼ਰ 'ਚ ਸਰ NCC ਨੇ ਮੇਰਾ ਕਾਫ਼ੀ NCC ਦਾ ਬਹੁਤ ਵੱਡਾ ਰੋਲ ਰਿਹਾ, ਕਿਉਂਕਿ ਜਿਹੜੀ ਮੈਂ ਐਂਟਰੀ ਦੇ ਥਰੂ ਆਰਮੀ 'ਚ ਗਈ, ਮੈਂ ਉਹ NCC ਸਪੈਸ਼ਲ ਐਂਟਰੀ ਸੀ, ਉਹ ਮੈਂ ਆਪਦੀ ਗ੍ਰੈਜੂਏਸ਼ਨ ਦੇ ਦੌਰਾਨ ਸ਼ਾਹ ਸਤਨਾਮ ਜੀ ਗਰਲਸ ਕਾਲਜ ਸਿਰਸਾ ਹਰਿਆਣਾ ਤੋਂ ਕੀਤੀ। ਸਰ ਆਈ ਊਡ ਸੇ ਔਖਾ ਨਹੀਂ, ਥੋੜ੍ਹਾ ਚੈਲੰਜਿੰਗ ਇਸ ਵਜ੍ਹਾ ਨਾਲ ਸੀ ਕਿਉਂਕਿ ਮੈਨੂੰ 8 ਅਟੈਂਪਟ ਲੱਗ ਗਏ ਤੱਕ ਪਹੁੰਚਣ ਲਈ। ਇਸ ਤੋਂ ਪਹਿਲਾਂ ਵੀ ਸਿਲੈਕਸ਼ਨ ਹੋਣ ਦੇ ਬਾਵਜੂਦ ਨੰਬਰ ਆਫ ਵੈਕੈਂਸੀਜ਼ ਘੱਟ ਹੋਣ ਦੀ ਵਜ੍ਹਾ ਨਾਲ ਮੈਂ 2 ਵਾਰ ਮੈਰਿਟ ਆਊਟ ਹੋਈ। ਅਤੇ ਉਹੀ ਸਰ, ਨੰਬਰ ਆਫ ਵੈਕੈਂਸੀਜ਼ ਫੋਰ ਵੁਮੈਨ ਕੈਡੇਟਸ ਇਜ਼ ਵੈਰੀ ਲੈਸ, ਬਿਕੋਜ਼ ਆਫ ਦੈਟ ਆਈ ਹੈਡ ਟੂ ਅੰਡਰਗੋ ਸਰਟਨ ਟੈਸਟ ਅਗੇਨ ਐਂਡ ਅਗੇਨ, ਤਾਂ ਉਹ ਸਭ ਤੋਂ ਵੱਡਾ ਚੈਲੰਜ ਸੀ ਮੇਰੇ ਲਈ। ਸਰ ਮੇਰਾ ਵਿਜ਼ਨ ਕਲੀਅਰ ਸੀ ਕਿ ਮੈਂ ਇਹੀ ਆਰਮੀ ਦੇ ਵਿੱਚ ਹੀ ਜਾਣਾ, ਇਵਨ ਇਫ ਇਟ ਟੇਕਸ ਮੋਰ ਅਟੈਂਪਟਸ, ਬਟ ਆਈ ਸਟਿਲ ਹੈਡ ਦਿਸ ਥਿੰਗ ਇਨ ਮਾਈ ਮਾਇੰਡ ਕਿ ਮੈਂ ਇੱਥੇ ਹੀ ਜਾਣਾ। ਤਾਂ ਮੈਨੂੰ ਵਿੱਚ ਵਿੱਚ ਕਦੇ ਕਦੇ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਬੁਰਾ ਲੱਗਦਾ ਸੀ ਕਿ ਇਸ ਵਾਰੀ ਵੀ ਨਹੀਂ ਹੋ ਪਾਇਆ, ਬਟ ਆਫਟਰ ਸਮ ਡੇਜ਼ ਮੈਂ ਐਨਾਲਾਈਜ਼ ਕਰਦੀ ਸੀ ਕਿ ਕਿੱਥੇ ਕਮੀ ਰਹੀ, ਤਾਂ ਉਹ ਚੀਜ਼ ਮੈਨੂੰ ਮੋਟੀਵੇਟ ਕਰਦੀ ਸੀ ਕਿ ਮੇਰੇ ਕੋਲ ਇੱਕ ਹੋਰ ਚਾਂਸ ਹੈ ਕਿ ਆਪਦੇ ਆਪ ਨੂੰ ਇੰਪਰੂਵ ਕਰਨ ਦਾ। ਤਾਂ ਮੈਨੂੰ ਉਸ ਚੀਜ਼ ਨੇ ਆਪਦੇ ਆਪ ਨੂੰ ਐਜ਼ ਅ ਪਰਸਨ ਵੀ ਇੰਪਰੂਵ ਕਰਨ 'ਚ ਕਾਫ਼ੀ ਹੈਲਪ ਕੀਤੀ। ਸਰ ਇੱਕ ਤਾਂ ਇਹ ਬੈਰੀਅਰ ਬ੍ਰੇਕ ਕਰਨ ਵਾਲੀ ਗੱਲ ਹੈ ਵੀ ਜਿੱਥੇ ਇਹੀ ਸੁਸਾਇਟੀ 'ਚ ਮੈਂਟੈਲਿਟੀ ਹੈ ਕਿ ਵਿਮੈਨ ਲਈ ਬਹੁਤ ਘੱਟ ਜੋਬਸ ਨੇ, ਟੀਚਿੰਗ ਹੋ ਗਈ ਜਾਂ ਵੇਅਰ ਦੇ ਫੀਲ ਮੋਰ ਸੇਫ, ਆਪਾਂ ਕਹਿ ਦਿੰਦੇ ਹਾਂ ਕਿ ਬੈਂਕਿੰਗ 'ਚ, ਬਟ ਇਹ ਫੀਲਡ ਮੇਰੇ ਏਰੀਆ ਦੇ ਵਿੱਚ ਹਲੇ ਅਨਐਕਸਪਲੋਰਡ ਹੈ, ਲੋਕਾਂ ਨੂੰ ਇੰਨਾ ਪਤਾ ਨਹੀਂ ਹੈ। ਅਤੇ ਜਦੋਂ ਮੈਂ NCC ਜੁਆਇਨ ਕੀਤੀ ਸੀ ਉੱਥੇ ਮੈਨੂੰ ਔਫਿਸਰਸ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ, ਅਤੇ ਮੈਂ ਉੱਥੇ ਆਰਮੀ ਦਾ ਲਾਈਫ ਸਟਾਈਲ ਦੇਖਿਆ ਜਿਹਨੇ ਮੈਨੂੰ ਮੋਟੀਵੇਟ ਕੀਤਾ, ਅਤੇ ਮੈਨੂੰ ਲੱਗਿਆ ਕਿ ਮੇਰੇ 'ਚ ਕੈਪੇਬਿਲਿਟੀਜ਼ ਹੈ, ਜੇ ਮੈਂ ਆਪਦੇ ਆਪ 'ਤੇ ਕੰਮ ਕਰਾਂ, ਮਿਹਨਤ ਕਰਾਂ, ਤਾਂ ਮੈਂ ਵੀ ਉੱਥੇ ਤੱਕ ਪਹੁੰਚ ਸਕਦੀ ਹਾਂ। ਸਰ ਮੈਂ ਬੋਲੂੰਗੀ ਕਿ NCC ਮੇਰਾ ਫਸਟ ਜਿਹਨੇ ਮੈਨੂੰ ਸਪਾਰਕ ਦਿੱਤੀ, ਅਤੇ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਨੇ ਐਡਿਡ ਮੋਟੀਵੇਸ਼ਨ ਦਾ ਕੰਮ ਕੀਤਾ। ਮੈਂ ਉਸ ਤੋਂ ਬਾਅਦ ਡਿਊਰਿੰਗ ਲੋਕਡਾਊਨ ਵੀ ਕਾਰਗਿਲ ਵਰਗੀਆਂ ਕਿਤਾਬਾਂ ਪੜ੍ਹੀਆਂ, ਅਤੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ। ਇੱਕ ਬੁੱਕ ਮੈਂ ਰਚਨਾ ਬਿਸ਼ ਰਾਵਤ ਦੀ ਪੜ੍ਹੀ ਸੀ, ਸ਼ੂਟ ਡਾਈਵ ਫਲਾਈ, ਜਿਹਦੇ ਵਿੱਚ ਆਰਮੀ ਔਫਿਸਰਸ ਜਾਂ ਜਵਾਨ ਦੀਆਂ ਉਹਨਾਂ ਦੀ ਲਾਈਫ ਬਾਰੇ ਲਿਖਿਆ ਸੀ, ਅਤੇ ਜਿਹਨੇ ਮੈਨੂੰ ਕਾਫੀ ਇੰਸਪਾਇਰ ਕੀਤਾ। ਮੈਂ ਕਹੂੰਗੀ ਇਹ ਸਭ ਚੀਜ਼ਾਂ ਨੇ ਇੱਕ ਐਡਿਡ ਮੋਟੀਵੇਸ਼ਨ ਦਾ ਕੰਮ ਕੀਤਾ, ਬਟ ਇਨੀਸ਼ੀਅਲ ਸਪਾਰਕ ਮੈਨੂੰ NCC ਤੋਂ ਮਿਲੀ। ਉੱਥੇ ਜਦੋਂ ਮੈਂ NCC ਦੇ ਕੈਂਪਸ ਲਗਾਏ, ਤਾਂ ਉੱਥੇ ਜਦੋਂ ਉਹਨਾਂ ਦਾ ਲਾਈਫ ਸਟਾਈਲ ਦੇਖਦੇ ਸੀ ਜਾਂ ਫਿਰ ਐਕਟਿਵ ਲਾਈਫ ਜਿਹਦੇ ਸਪੋਰਟਸ, ਬਾਕੀ ਪਰੇਡ ਵਗੈਰਾ ਇੰਕਲੂਡਿਡ ਸੀ, ਮੈਪ ਰੀਡਿੰਗ, ਅਤੇ ਉਹਨਾਂ ਚੀਜ਼ਾਂ ਤੋਂ ਮੈਨੂੰ ਕਾਫੀ ਆਈ ਯੂਸ ਟੂ ਗੈਟ ਇੰਟਰੀਗਡ ਕਿ ਇਹ ਚੀਜ਼ਾਂ ਕਾਫੀ ਲਾਈਫ 'ਚ ਹੈਲਪਫੁੱਲ ਰਹਿਣਗੀਆਂ ਜਾਂ ਮੈਨੂੰ ਵੀ ਆਪਦੇ ਆਪ ਨੂੰ ਇੱਕ ਐਕਟਿਵ ਲਾਈਫ ਸਟਾਈਲ ਰੱਖਣ 'ਚ ਹੈਲਪ ਕਰਨਗੀਆਂ, ਤਾਂ ਉਹਨਾਂ ਚੀਜ਼ਾਂ ਨੇ ਮੈਨੂੰ ਕਾਫੀ ਹੈਲਪ ਕੀਤੀ। ਮੈਂ ਇਹਦੇ 'ਚ ਕਹੂੰਗੀ ਕਿ ਇਹਦੇ 'ਚ ਪੇਰੈਂਟਸ ਅਤੇ ਬੱਚਿਆਂ ਦੋਨਾਂ ਨੂੰ ਕੰਮ ਕਰਨ ਦੀ ਲੋੜ ਹੈ। ਮੈਂ ਨਹੀਂ ਕਹੂੰਗੀ ਕਿ ਇਹਨਾਂ 'ਚ ਸਿਰਫ ਪੇਰੈਂਟਸ ਦੀ ਗਲਤੀ ਹੈ ਜਾਂ ਫਿਰ ਸਿਰਫ ਉਹ ਕੁੜੀਆਂ ਦੀ ਗਲਤੀ ਹੈ। ਕੁੜੀਆਂ ਨੂੰ ਵੀ ਚਾਹੀਦਾ ਕਿ ਉਹ ਆਪਦੇ ਪੇਰੈਂਟਸ ਅੱਗੇ ਆਪਦੀ ਗੱਲ ਰੱਖਣ, ਅਤੇ ਪੇਰੈਂਟਸ ਨੂੰ ਵੀ ਚਾਹੀਦਾ ਉਹਨਾਂ ਦੇ ਡਿਸੀਜਨ ਨੂੰ ਰਿਸਪੈਕਟ ਕਰਨ ਅਤੇ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ। ਅਤੇ ਜਦੋਂ ਇੱਕ ਕੁੜੀ ਨੂੰ ਅਪੋਰਚੁਨਿਟੀ ਮਿਲਦੀ ਹੈ ਸ਼ਹਿਰਾਂ 'ਚ ਪੜ੍ਹਨ ਦੀ, ਤਾਂ ਉਹਨਾਂ ਦਾ ਫਰਜ਼ ਬਣਦਾ ਕਿ ਆਪਦੇ ਪੇਰੈਂਟਸ ਨੂੰ ਵਧੀਆ ਰਿਜ਼ਲਟ ਦਿੱਤਾ ਜਾਵੇ ਜੇ ਉਹਨਾਂ ਨੇ ਅਪੋਰਚੁਨਿਟੀ ਪ੍ਰੋਵਾਈਡ ਕੀਤੀ ਹੈ। ਅਤੇ ਦੂਜੀ ਗੱਲ, ਉਹ ਆਪਦੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ, ਸਪੈਸ਼ਲੀ ਦ ਗਰਲਸ ਦੋਜ਼ ਹੂ ਬਿਲੋਂਗ ਟੂ ਅਰਬਨ ਏਰੀਆਜ਼। ਜਨਰਲੀ ਵੀ ਫੀਲ ਦੈਟ ਵੀ ਆਰ ਇਨਫੀਰੀਅਰ comparatively, but we are not. It's just that we did not get the opportunity, but whenever you get the opportunity, it's your responsibility to grab that and to provide best of the results to your parents. Maa pyo waste is to bad maan di gal ki ho sakdi hai je betiyan de agge vadan karke, betiyan de karke maa pyo da sir uccha hunda hai ja samaj ch unna di unna nu koi maan milda hai, is to khushi di gal hai. Ode naal naal jadon maa pyo di pehchan bandi hai, ਬਹੁਤ ਖੁਸ਼ੀ ਹੋਈ ਜੀ, ਬਹੁਤ ਮਾਣ ਮਹਿਸੂਸ ਹੋਇਆ। ਸਤਿਗੁਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬੇਟੀ ਨੂੰ ਚੰਗੇ ਰਾਹ ਪਾਇਆ, ਔਰ ਦੇਸ਼ ਦੀ ਸੇਵਾ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ। ਔਰ ਖੁਸ਼ੀ ਹੈ, ਇਹੀ ਚਾਹੁੰਦੇ ਹਾਂ ਵੀ ਬੱਚਾ ਤਨੋ ਮਨੋ ਤਨੋ ਪੂਰੀ
देश की सेवा करे। माँ प्यो का सपोर्ट तो बहुत जरूरी है बेटियां लई, खास करके बेटियां नूं तां हर कोई सपोर्ट करता है, पर मैनूं खुशी है भी इस परिवार विच असीं जिहड़ा है बेटे बेटी नूं बराबर सपोर्ट किया है। ना ही तो बेटे ते कदी आपदी इच्छा थोपी है, ना ही बेटी ते, जो उन्हां दे दिल दी इच्छा है जिथे वह पढ़ना चाहन जिवें वह करना चाहन, उन्हां नूं असीं कदे भी कोई बंदिश नहीं लगाई उन्हां ते भी तुसीं इस तरह नहीं ते इस तरह करना, जिवें उन्हां दा दिल करे। पर सानू इस गल का भी माण है, बच्चों ने कदे भी इस गल का नजायज फायदा नहीं उठाया, उन्होंने अज साडा माण वधाया है, माँ प्यो ने साथ दिता, सतगुरु ने पूरा साथ दिता, बच्चों नू बहुत बेटिया नू ता खास करके उन्होंने बहुत ज्यादा सपोर्ट किया है, बेटिया अगे वधन गेम्स विच हरेक गेम विच पार्टीसपेट जिवें करदी सी, तां कदे जे इहनू हुंदा भी सी भई मैं नहीं कर पावांगी तां मैं इहनू इही कहिंदी सी बेटे हौसला नहीं छड्डना, सब कुछ कर सकेंगी, हौसला रख, सब कुछ होएगा, दिल नहीं छड्ड। बहुत गर्व महसूस होंदा, बहुत माण महसूस होंदा, पिंड दे विचों एरिए दे विचों पहली ही फौज दे विच अफसर बनी है बेटी, तो बहुत खुशी होंदी है। प्रशासनिक सेवा दे विच होर रेवन्यू डिपार्टमेंट दे विच पुलिस डिपार्टमेंट काफ़ी अफसर बने हैं पिंड दे विचों, लेकिन इस लाइन ते ये पहली बच्ची गई है तो बहुत खुशी होंदी है। उपलब्धि तो होंदी है, लेकिन कुछ हासिल करने लिए कुछ खोना भी पैंदा है, तो कोई इतिहास बनने लिए कुर्बानियां देनियां पैंदियां, तो ये दिल दे विच इच्छा सी भी जिहड़े लोग उत्थे फौज दे बार्डरां ते खड़े रात नूं जागदे असीं सोने आ, तो आपां भी कोई ना बच्चा, लेकिन बच्चे दी इच्छा सी इस पासे जाना तो होर सोने ते सुहागे वाली गल होगी फिर तो लड़कियां नूं इस पासे, लेकिन हर एक की तक इत्थे हीरा पिया उन्हों तराशन की लड़ होंगी है, अगर उन्होंने सपोर्ट मिले एरिए माँ प्यो की ज कोई उपरों गॉड गिफ्टड कोई ऐसा इशारा मिले भी तुम इस कर सकते हो मुकाम हासिल, तो हासिल हो सकता है, ऐसी कोई गल नहीं गी, कुल मेहनत तो करनी पैंती है, मेहनत बिना तो मेहनत करोंगे तो उपर वाला किस्मत भी बदलता देखिया, तो अपने साढ़े सामने है तो ज़्यादा खुशी होंगी, बहुत ज़्यादा प्राउड होंगे भी सतगुरु ने रहमत की, साथ मिले दोस्तों का मित्रों का पिंड का, और हौसला अफजाई समय समय से करते रहे पुछते रहे, तो फिर आफ्टर ऑल मंजिल मिल गई।